ਅੱਜ ਆਪਾਂ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ ਜਿਹੜੀ ਕਿ ਤਕਰੀਬਨ ਜਿਹੜੇ ਤਿੰਨ ਕਾਨੂੰਨ ਆਏ ਸਨ ਉਹਨਾਂ ਨੂੰ 1 ਸਾਲ ਹੋ ਗਿਆ ਹੈ ਜਿਹੜੇ ਕਿ ਪਹਿਲੀ ਵਾਰ ਸਾਹਮਣੇ ਆਏ ਸਨ ਕੈਬਨਟ ਦੇ ਵਿੱਚ 5 ਜੂਨ ਨੂੰ ਤੇ ਉਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਹੈ ਤੇ ਦਿੱਲੀ ਦੀਆਂ ਬਰੂਹਾਂ 'ਚ ਬੈਠਿਆਂ ਨੂੰ ਵੀ ਤਕਰੀਬਨ ਨਵੰਬਰ 26 ਤੋਂ ਲੈ ਕੇ ਜੂਨ ਅੱਜ 6 ਤਰੀਕ ਹੋ ਗਈ ਆ ਤਕਰੀਬਨ 6 ਮਹੀਨੇ ਤੋ ਉਪਰਖ ਮਹੀਨਾ 7 ਮਹੀਨੇ ਹੋ ਚੁੱਕੇ ਹਨ ਤੇ ਜਿਨਾਂ ਦਾ ਹੱਲੇ ਤੱਕ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਕੀਤਾ ਆਪਾਂ ਇੱਕ ਛੋਟਾ ਜਿਹਾ ਰਿਮਾਈਂਡਰ ਦੇਵਾਂਗੂ ਕਿ ਇੱਕ ਸਾਲ ਦੇ ਵਿੱਚ ਅਸੀਂ ਕੀ ਕੁਝ ਸਿੱਖਿਆ ਇਸ ਕਿਉਂਕਿ ਇਸ ਅੰਦੋਲਨ ਨੇ ਸਾਨੂੰ ਬਹੁਤ ਕੁਝ ਸਿਖਾਇਆ ਕਿਵੇਂ ਇਹ ਸ਼ੁਰੂ ਹੁੰਦਾ ਆ ਜਿਵੇਂ ਕਿ 5 ਜੂਨ ਨੂੰ ਇਹ ਸਾਹਮਣੇ ਆਉਂਦੇ ਆ ਫਿਰ ਸਤੰਬਰ ਮਹੀਨੇ ਦੇ ਵਿੱਚ ਜਾ ਕੇ ਲੋਕ ਸਭਾ ਵਿੱਚ ਪਾਸ ਹੁੰਦੇ ਆ ਫਿਰ ਅਗਲੇ 3 ਤੋਂ 4 ਦਿਨਾਂ ਵਿੱਚ ਜਾ ਕੇ ਰਾਜ ਸਭਾ ਵਿੱਚ ਪਾਸ ਹੁੰਦੇ ਜਿਵੇਂ ਪਾਸ ਹੋਏ ਸਭ ਨੂੰ ਪਤਾ ਹੈ ਫਿਰ ਆਸ ਕੀਤੀ ਜਾਂਦੀ ਹੈ ਕਿ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਨੇ ਤੇ ਸਾਈਨ ਨਾ ਕਰੇ ਕਿਉਂਕਿ ਰਾਸ਼ਟਰਪਤੀ ਦੇ ਸਾਈਨ ਨਾਲ ਹੀ ਬਿੱਲ ਬਣਦੇ ਹਨ ਪਰ ਉਹਨਾਂ ਨੇ ਵੀ ਸਾਈਨ ਕਰ ਦਿੱਤੇ ਜੋ ਕਿ ਕਾਨੂੰਨ ਬਣ ਗਿਆ ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਜਿਨ੍ਹਾਂ ਨੇ ਬਹੁਤ ਹੀ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਕੀਤਾ ਜਿਹੜਾ ਕਿ ਸ਼ੁਰੂ ਹੋਇਆ ਪੰਜਾਬ ਤੋਂ ਤਕਰੀਬਨ ਹੁਣ ਸਾਰੇ ਹੀ ਭਾਰਤ ਵਿੱਚ ਫੈਲਿਆ ਤੇ ਵੱਖ-ਵੱਖ ਥਾਵਾਂ ਤੋਂ ਲੋਕ ਆ ਕੇ ਦਿੱਲੀ ਵਿੱਚ ਬੈਠੇ ਹਨ ਤਕਰੀਬਨ ਮੈਨੂੰ ਯਾਦ ਹੈ ਸਾਡੇ ਹਲਕੇ ਦੇ ਵਿੱਚ 24 ਸਤੰਬਰ ਤਰੀਕ ਸੀਗੀ ਜਿਸ ਦਿਨ ਪਹਿਲੇ ਦਿਨ ਬਹੁਤ ਵੱਡਾ ਇਕੱਠ ਹੋਇਆ ਜਦੋਂ ਇਕੱਠ ਹੋਇਆ ਜੂਟੀ ਰੋਡ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਕਿਸਾਨ ਕਿਉਂਕਿ ਆਪਾਂ ਹਮੇਸ਼ਾ ਜਿੱਥੇ ਬੰਦੀਆ ਦੇ ਨਾਲ ਕੁਝ ਲੋਕ ਜੁੜੇ ਹੁੰਦੇ ਹਨ ਪਿੰਡਾਂ ਵਿੱਚ ਪਰ ਉਸ ਦਿਨ ਕੱਜ ਇਹ ਹੋਇਆ ਕਿ ਜਥੇਬੰਦੀਆ ਵਾਲੇ ਵੀ ਹੈਰਾਨ ਹੋ ਗਏ ਜਿੰਨੇ ਉਹਨਾਂ ਨੇ ਪ੍ਰਬੰਧ ਕੀਤੇ ਸੀਗੇ ਉਹ ਯਾਨੀ ਕਿ 2 ਤੋਂ 3 ਗੁਣਾ ਘਟ ਗਏ ਉਹਨਾਂ ਨੂੰ ਬਾਰ-ਬਾਰ ਪ੍ਰਬੰਧ ਹੋਰ ਕਰਨੇ ਪਏ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਸਾਨੂੰ ਇੰਨੀ ਉਮੀਦ ਹੀ ਨਹੀਂ ਸੀਗੀ ਕਿ ਐਡਾ ਵੱਡਾ ਇਕੱਠ ਹੋ ਜਾਵੇਗਾ ਇਹ ਇਕੱਲਾ ਸਾਡੇ ਹਲਕੇ ਦੇ ਵਿੱਚ ਨਹੀਂ ਇਹ ਤਕਰੀਬਨ ਸਾਰੇ ਪੰਜਾਬ ਵਿੱਚ ਅਜਿਹੇ ਇਕੱਠ ਹੋਏ ਸਨ ਉਸ ਦਿਨ ਤੇ ਬਹੁਤ ਵੱਡੇ ਪੱਧਰ ਤੇ ਤਕਰੀਬਨ ਪਿੰਡਾਂ ਵਿੱਚੋਂ ਲੋਕ ਇਹ ਗੈਸਨ ਕੱਲੇ ਪਿੰਡਾਂ ਵਿੱਚੋਂ ਨਹੀਂ ਸ਼ਹਿਰਾਂ ਦੇ ਲੋਕਾਂ ਦਾ ਵੀ ਸਹਿਯੋਗ ਮਿਲਿਆ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਰੇਲਵੇ ਲਾਈਨਾਂ ਰੋਕਣ ਦਾ ਫੈਸਲਾ ਹੁੰਦਾ ਹੈ ਕਿਉਂਕਿ ਸਰਕਾਰ ਕੋਈ ਗੱਲਬਾਤ ਲਈ ਤਿਆਰ ਨਹੀਂ ਸੀ ਕੋਈ ਸੌਦਾ ਲਈ ਤਿਆਰ ਨਹੀਂ ਸੀ ਜਾਂ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਜਥੇਬੰਦੀਆਂ ਨੇ ਫੈਸਲਾ ਕੀਤਾ ਇਹ ਰੇਲਵੇ ਲਾਈਨਾਂ ਤੇ ਬੈਠਦੇ ਨੇ ਪਰ ਰੇਲਵੇ ਮਹੀਨਾ ਰੁਕੀ ਰਹਿੰਦੀ ਹੈ ਬਹੁਤ ਲੋਕਾਂ ਨੂੰ ਜਾਨੀ ਕਿ ਤਕਲੀਫ ਆਉਂਦੀ ਹੈ ਪਰ ਨਾ ਹੀ ਗਵਰਨਮੈਂਟ ਨੇ ਇਸ ਵੱਲ ਧਿਆਨ ਦਿੱਤਾ ਇਹਨਾਂ ਨੇ ਰੋਕ ਦਿੱਤੀਆਂ ਰੇਲਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਪਿੰਡ-ਪਿੰਡ ਵਿੱਚ ਕਾਠ ਕਰਨੇ ਸ਼ੁਰੂ ਕੀਤੇ ਜੋ ਕਿ ਇੱਕ ਬਹੁਤ ਵੱਡਾ ਜਦੋਂ ਜਥੇਬੰਦੀਆਂ ਦੇ ਲੋਕ ਪਿੰਡਾਂ ਵਿੱਚ ਆਉਣ ਲੱਗੇ ਤੇ ਲੋਕਾਂ ਨੂੰ ਸਮਝਾਇਆ ਕਿ ਇਹ ਕਾਨੂੰਨ ਆਪਾਂ ਨੂੰ ਇਸ ਤਰ੍ਹਾਂ ਨੁਕਸਾਨ ਕਰਦੇ ਹਨ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀਗਾ ਚਲੋ ਪੜ੍ਹੇ ਲਿਖੇ ਨੂੰ ਤਾਂ ਸਾਹਮਣੇ ਲੱਗਦਾ ਪਰ ਕਈਆਂ ਨੂੰ ਨਹੀਂ ਸੀ ਲੱਗਦਾ ਉਹਨਾਂ ਨੂੰ ਵੀ ਸਮਝਾਇਆ ਗਿਆ ਜਿਹੜੀ ਕਿ ਲਹਿਰ ਵੱਡੇ ਪੱਧਰ ਤੇ ਖੜੀ ਹੋਵੇ ਸਭ ਕਹਿੰਦੇ ਸਨ ਕਿ ਇੱਥੇ ਫੈਸਲਾ ਨਹੀਂ ਹੋਣਾ ਦਿੱਲੀ ਚੱਲੋ ਦਿੱਲੀ ਚੱਲੋ ਪਰ ਦਿੱਲੀ ਜਾਣਾ ਇੰਨਾ ਸੌਖਾ ਨਹੀਂ ਸੀਗਾ ਮੇਰਾ ਮੰਨਣਾ ਕਿਉਂਕਿ ਇੰਨੇ ਲੋਕਾਂ ਨੂੰ ਲਾਮਬੰਦ ਕਰਨਾ ਇਕੱਠ ਕਰਨਾ ਉਹਨਾਂ ਨੂੰ ਸਮਝਾਉਣਾ ਇਹ ਇੱਕ ਬਹੁਤ ਵੱਡੀ ਚੁਣੌਤੀ ਸੀਗੀ ਜਿਹੜੀ ਕਿ ਜਥੇਬੰਦੀਆਂ ਜਿਹਦੇ ਵਿੱਚ ਸਫਲ ਹੋਈਆਂ ਤੇ ਘਰ ਘਰ ਵਿੱਚ ਇਹ ਅੰਦੋਲਨ ਪਹੁੰਚਿਆ तकरीबन ਹਰ ਇੱਕ ਘਰ ਦੇ ਮੈਂਬਰ ਨੇ ਇਹਦੇ ਵਿੱਚ ਹਿੱਸਾ ਲਿਆ ਹੋਵੇਗਾ ਫਿਰ ਸਰਕਾਰ ਜਦੋਂ ਨਹੀਂ ਮੰਨੀ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਟੋਲ ਪਲਾਜੇ ਵੀ ਪੰਜਾਬ ਵਿੱਚ ਫਰੀ ਕੀਤੇ ਗਏ ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਅੰਦੋਲਨ ਜੋਰਾਂ ਤੇ ਹੋ ਗਿਆ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੋਣਾ ਕਰਕੇ ਉੱਥੇ ਬਰੋਰ ਵੱਡੇ ਪੱਧਰ ਤੇ ਦਰਜ ਕੀਤਾ ਗਿਆ ਕਿਉਂਕਿ ਪੰਜਾਬ ਵਿੱਚ ਕੈਪਟਨ ਸਰਕਾਰ ਨੇ ਚਲੋ ਜਿੱਦਾ ਵੀ ਸੀਗਾ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਦੇ ਵਿਰੁੱਧ ਰੋਸ਼ਨੀ ਹੋਇਆ ਤੇ ਹਰਿਆਣਾ ਦੇ ਵਿੱਚ ਇਸ ਦੇ ਉਲਟ ਭਾਜਪਾ ਦੀ ਸਰਕਾਰ ਹੋਣਾ ਕਰਕੇ ਉਹਨਾਂ ਦੇ ਪੁੱਠੇ ਸਿੱਧੇ ਕਈ ਬਿਆਨ ਹੌਣ ਕਰਕੇ ਉੱਥੇ ਵਿਰੋਧ ਬਹੁਤ ਹੋਇਆ ਉੱਥੇ ਕਾਫੀ ਕਿਸਾਨਾਂ ਦੇ ਲਾਠੀ ਚਾਰਜ ਵਗੈਰਾ ਵੀ ਹੁੰਦੇ ਗਏ ਪਰ ਉਹ ਇੱਕ ਸੰਘਰਸ਼ ਦੇ ਟਾਈਮ ਵਿੱਚ ਆਪਾਂ ਨੂੰ ਇੱਕ ਸਿੱਖਣ ਨੂੰ ਮਿਲਿਆ ਕਿਉਂਕਿ ਕਿਸਾਨ ਸਾਰੇ ਇਕੱਠੇ ਹੋ ਰਹੇ ਸਨ ਜੋ ਕਿ ਖੇਲੀ ਤੇ ਪਟੜੀ ਤਿਆਰ ਹੈ ਸਨ ਕਿਸਾਨਾਂ ਦੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਲਗਾਤਾਰ ਜਾਰੀ ਸਨ ਉਹਦੇ ਨਾਲ ਇਹ ਬਣ ਰਿਹਾ ਸੀਗਾ ਕਿ ਕਿਸਾਨ ਦਿੱਲੀ ਵੱਲੋਂ ਕੂਚ ਕਰਨ ਦੇ ਲਈ ਇੱਕ ਰਾਹ ਪੱਧਰਾ ਹੋ ਰਿਹਾ ਸਨ ਹੋਇਆ ਵੀ ਇਸ ਤਰ੍ਹਾਂ ਜਦੋਂ ਤਕਰੀਬਨ 26 ਨਵੰਬਰ ਨੂੰ ਇੱਥੋਂ ਤੁਰੇ ਸਨ ਕਾਫਲੇ ਪਹਿਲਾਂ ਸਾਰਿਆਂ ਨੂੰ ਉਮੀਦ ਨਹੀਂ ਸੀ ਕਿ ਇੰਨੇ ਲੋਕੀ ਜਾ ਸਕਦੇ ਹਨ ਤਕਰੀਬਨ ਸਾਡੇ ਏਰੀਆ ਦੇ ਵਿੱਚੋਂ ਜਦੋਂ ਪਹਿਲੇ ਦਿਨ 250 ਤੋਂ 300 ਟਰਾਲੀ ਦਾ ਕਾਫਲਾ ਤੁਰਿਆ ਜੋ ਗੱਡੀਆਂ ਦੇ ਵਿੱਚ ਸੀ ਉਹ ਵੱਖਰਾ ਸੀਗਾ ਤੇ ਫਤੇਗੜ ਸਾਹਿਬ ਜਦੋਂ ਰਾਤ ਰਹਿੰਦੇ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ ਇੱਥੇ ਬੰਦੀਆ ਦਾ ਜਰੂਰ ਇੱਕ ਫੈਸਲਾ ਸੀਗਾ ਜਿੱਥੇ ਸਾਨੂੰ ਰੋਕਿਆ। ਅਸੀਂ ਉੱਥੇ ਹੀ ਬਹਿ ਜਾਣਾ ਕਿਉਂਕਿ ਸ਼ੰਭੂ ਬਾਰਡਰ ਤੇ ਉਮੀਦ ਕੀਤੀ ਜਾ ਰਹੀ ਸੀ ਸਾਨੂੰ ਕਿ ਸਾਨੂੰ ਰੋਕ ਦੇਣਾ। ਪਰ ਸ਼ੰਭੂ ਬਾਰਡਰ ਤੇ ਨਹੀਂ ਰੁਕਿਆ। ਉੱਥੇ ਜੋ ਨੌਜਵਾਨ ਸਨ ਉਹ ਕਹਿੰਦੇ ਅਸੀਂ ਦਿੱਲੀ ਜਾਣਾ। ਜਿਵੇਂ ਆਪਾਂ ਨੂੰ ਪਤਾ ਹੈ ਕਿ ਬਾਰਡਰ ਤੇ ਜੋ ਰੋਕਾ ਰਹਿ ਜਾਂ ਟੋਏ ਪੱਟੇ ਗਏ ਸਨ, ਬੈਰੀਕੇਡ ਕੀਤੇ ਸਨ ਕਿਵੇਂ ਚੱਕ ਕੇ ਮਿੰਟੋ-ਮਿੰਟੀ ਪੱਧਰੇ ਕਰਕੇ ਲਗਾਤਾਰ ਜਥੇਬੰਦੀਵਾਲੇ ਅੱਗੇ ਜਾ ਰਹੇ ਸਨ ਤੇ ਦਿੱਲੀ ਦੀਆਂ ਬਰੂਹਾਂ ਵਿੱਚ ਜਾ ਕੇ ਬੈਠ ਗਏ। ਜਿੱਥੇ ਤਕਰੀਬਨ ਹੁਣ 6 ਕੁ ਮਹੀਨੇ ਹੋ ਗਏ। ਅੰਦੋਲਨ ਦੇ ਵਿੱਚ ਹਮੇਸ਼ਾ ਉਤਾਰ ਚੜਾ ਪਾਉਂਦੇ ਰਹਿੰਦੇ ਹਨ। ਕਿਸੇ ਟਾਈਮ ਲੱਗਾ ਕਿ ਸਰਕਾਰ ਤੇ ਬਹੁਤ ਦਬਾਅ ਆਇਆ ਤੇ ਹੁਣ ਇਹ ਫੈਸਲੇ ਕਾਨੂੰਨ ਛੇਤੀ ਲਾਗੂ ਹੋ ਜਾਣਗੇ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਆਪਣੇ ਕਿਸਾਨਾਂ ਦੇ ਉੱਥੇ ਕਾਫੀ ਅਤਿਆਚਾਰ ਕੀਤੇ ਗਏ। ਕਾਫੀ ਕੁਝ ਨਵੀਆਂ ਚੀਜ਼ਾਂ ਬਣਾਈਆਂ ਗਈਆਂ ਜਿਵੇਂ ਕਿ ਪੁਲਿਸ ਉੱਥੇ ਬੈਰੀਕੇਡ ਕਰਦੀ, ਤਾਰਾ ਲਾਉਂਦੀ, ਟੋਏ ਪੱਟ ਤੇ ਰਾਹ ਬੰਦ ਕਰਦਾ। ਪਰ ਜੋ ਕਿਸਾਨਾਂ ਦਾ ਹੌਸਲਾ ਸੀਗਾ ਉਹ ਨਾ ਹਾਰਿਆ ਪੂਰੀ ਠੰਡ ਹੁਣ ਪੂਰੀ ਗਰਮੀ ਤੇ ਤੇਜ਼ ਮੀਂਹ ਨੇਰੀ ਵੀ ਕਿਸਾਨਾਂ ਦੇ ਹੌਸਲਿਆਂ ਨੂੰ ਹਟਾ ਨਹੀਂ ਪਾਈ ਇੱਕ 26 ਜਨਵਰੀ ਦੀ ਘਟਨਾ ਜੋ ਲਾਲ ਕਿਲੇ ਤੇ ਹੋਈ ਜੋ ਸਹੀ ਜਾਂ ਗਲਤ ਉਹਦੇ ਬਾਰੇ ਨਹੀਂ ਗੱਲ ਕਰਦੇ ਜਿਸ ਨੇ ਥੋੜਾ ਜਿਹਾ ਉਸੋ ਕਿਸਾਨ ਅੰਦੋਲਨ ਨੂੰ ੱਤਕਾ ਲਾਇਆ ਪਰ ਦੁਬਾਰਾ ਫਿਰ ਕਿਸਾਨ ਅੰਦੋਲਨ ਖੜਾ ਹੋ ਗਿਆ ਤੇ ਹੁਣ ਫਿਰ ਇੱਕ ਵਾਰੀ ਨਵੀਂ ਜਿਹੜੀ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਆ ਜਿਹੜੀ ਕੀ ਗੱਲਬਾਤ ਤਕਰੀਬਨ ਪਿਛਲੇ ਹੁਣ 6 ਕੁ ਮਹੀਨਿਆਂ ਤੋਂ ਬੰਧ ਹੈ ਚਿੱਠੀਆਂ ਵੀ ਲਿਖੀਆਂ ਗਈਆਂ ਕਿ ਸ਼ੁਰੂ ਕਰੋ ਕੋਰੋਨਾ ਦਾ ਟਾਈਮ ਹੈ ਕਾਨੂੰਨ ਸਰਕਾਰ ਦਾ ਰੱਦ ਕਰ ਦਵੇ ਤਾਂ ਅਸੀਂ ਵੀ ਆਪਣੇ ਘਰਾਂ ਵਿੱਚ ਜਾਈਏ ਤਾਂ ਜੋ ਖਤਰਨਾਕ ਬਿਮਾਰੀ ਤੋਂ ਅਸੀਂ ਵੀ ਬਚ ਸਕੀਏ ਇਸ ਅੰਦੋਲਨ ਦੇ ਵਿੱਚ ਸਾਨੂੰ ਕਈ ਨਾਮੀ ਚਿਹਰੇ ਦਿੱਤੇ ਕਈ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਕਿਸਾਨ ਵੱਟਵੰਨੇ ਦਾ ਰੋਲਾ ਛੱਡ ਕੇ ਸਭ ਇਕੱਠੇ ਹੋ ਗਏ ਜਿਹੜਾ ਨਾ ਪੰਜਾਬ ਦਾ ਹਰਿਆਣਾ ਦਾ ਇੱਕ ਕਿਹਾ ਜਾਂਦਾ ਸੀਗਾ ਪਾਣੀ ਦਾ ਮਸਲਾ ਜਾਂ ਹੋਰ ਚੀਜ਼ਾਂ ਤੇ ਆਸ ਵਿੱਚ ਲੜਦੇ ਆ ਕਿ ਆ ਸਾਨੂੰ ਚਾਹੀਦਾ ਉਹ ਸਾਨੂੰ ਤਕਰੀਬਨ ਸਾਰੇ ਮਤਵੇਦ ਭੁੱਲ ਕੇ ਜਿਵੇਂ ਹਰਿਆਣੇ ਵਾਲਿਆਂ ਨੇ ਸਭ ਤੋਂ ਪਹਿਲੂ ਅੱਗੇ ਲਾ ਕੇ ਬੈਰੀਕੇਡ ਤੋੜੇ ਜਿਵੇਂ ਕਹਿੰਦੇ ਸਨ ਪੰਜਾਬ ਵੱਡਾ ਪੜਾ ਸਾਡਾ ਛੋਟਾ ਪੜਾ ਇੱਕ ਨਵੇਂ ਤਰੀਕੇ ਦਾ ਭਾਈਚਾਰਾ ਪਿੰਡਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਆਪਣੇ ਕੁਝ ਅਧਿਕਾਰਾਂ ਦਾ ਪਤਾ ਲੱਗਾ ਅੰਦੋਲਨ ਦੀ ਸ਼ਕਤੀ ਦਾ ਪਤਾ ਲੱਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਕੀ ਤੁਸੀਂ ਵੀ ਦੱਸਿਓ ਤੁਹਾਡੇ ਕੀ